ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਦਾਖਲਿਆਂ ਦਾ ਰੁਝਾਨ ਬਦਲਿਆ ਹੈ। ਇਸ ਵਿੱਚ ਭਾਵੇਂ ਕਈ ਕਾਰਨ ਹੋ ਸਕਦੇ ਨੇ, ਪਰ ਇੱਕ ਕਾਰਨ ਇਹ ਵੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਮਾਪਿਆਂ ਨੇ ਫੀਸ ਤੇ ਚੱਲ ਰਹੇ ਝਗੜੇ ਦੇ ਕਾਰਨ ਉਹਨਾਂ ਨੇ ਆਪਣਾ ਰੁਖ ਸਰਕਾਰੀ ਸਕੂਲਾਂ ਦੇ ਵੱਲ ਕਰ ਰਿਹਾ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਫੀਸ ਨੂੰ ਲੈ ਕੇ ਚੱਲ ਰਹੇ ਝਗੜੇ ਦਾ ਫਾਇਦਾ ਸਰਕਾਰੀ ਸਕੂਲਾਂ ਨੂੰ ਹੋਇਆ ਜਾਪਦਾ ਹੈ। ਪਿਛਲੇ ਸਾਲ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ 23.52 ਲੱਖ ਵਿਦਿਆਰਥੀ ਪੜ੍ਹਦੇ ਸਨ। ਇਸ ਸਾਲ ਇਹ ਗਿਣਤੀ ਵੱਧ ਕੇ 26.60 ਲੱਖ ਹੋ ਗਈ ਹੈ, ਜੋ ਕਿ 13.48% ਦਾ ਵਾਧਾ ਹੈ। ਸਾਰੇ ਸੂਬੇ ਚੋਂ ਮੋਹਾਲੀ ਜ਼ਿਲ੍ਹਾ ਅਵਲ ਰਿਹਾ, ਜਿਸ ਚ ਦਾਖਲੇ 22% ਵਧੇ ਹਨ। ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 13.5% 13.48% ਵੱਧ ਚੁੱਕੀ ਹੈ। ਜੇ ਇਕੱਲੇ ਮੋਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇੱਡੀ ਵੱਡੀ ਲੀਡ ਦੇ ਨਾਲ 22% ਇਕੱਲੇ ਮੋਹਾਲੀ ਜ਼ਿਲ੍ਹੇ ਵਿੱਚ ਵਧੀ ਹੈ। ਜਿਹੜੇ ਹੁਣ ਟੀਚਰਸ 2 ਟੈਸਟਾਂ ਵਿੱਚੋਂ ਸਿਲੈਕਟ ਹੋ ਕੇ ਟੈਟ ਤੇ ਦੂਜਾ ਟੈਸਟ ਜਾ ਰਹੀ ਹੈ, ਬਹੁਤ ਇੰਟੈਲੀਜੈਂਟ ਟੀਚਰ ਹੈ। ਅਰੇ ਇੰਨਾ ਗੁੱਡ ਇੰਪ੍ਰੈਸ਼ਨ ਗਿਆ ਵਾ ਲੋਕਾਂ ਦੇ ਵਿੱਚ, ਮੈਸੇਜ ਇੰਨਾ ਵਧੀਆ ਕਿ ਗਵਰਨਮੈਂਟ ਸਕੂਲ ਦੇ ਟੀਚਰਸ ਹੁਣ ਬਹੁਤ ਇੰਟੈਲੀਜੈਂਟ ਹੈ, ਬਹੁਤ ਮਿਹਨਤੀ ਹੈ, ਔਰ ਵਾਕਈ ਬਹੁਤ ਮਿਹਨਤੀ ਹੈ। ਇਹ ਮੰਨਣ ਵਾਲੀ ਗੱਲ ਹੈ। ਇੱਕ ਸਰਕਾਰ ਵੱਲੋਂ ਜਿਹੜੀ ਸਰਕਾਰੀ ਸਹੂਲਤਾਂ ਹੈ, ਜਿਵੇਂ ਤੁਸੀਂ ਜਾਣਦੇ ਹੋ ਮਿਡ ਡੇ ਮੀਲ ਹੈ MDM 0 ਤੋਂ ਲੈ ਕੇ 8ਵੀਂ ਕਲਾਸ ਤੱਕ, ਔਰ ਦੂਜਾ ਹੈ ਯੂਨੀਫਾਰਮ। ਥੋੜ੍ਹਾ ਬਹੁਤ ਕਦੇ ਥੋੜ੍ਹਾ ਬਹੁਤਾ ਲੇਟ ਹੋ ਜਾਂਦੇ, ਨਹੀਂ ਯੂਨੀਫਾਰਮ ਮਿਲਦੀ ਹਰ ਹਾਲਤ ਵਿੱਚ ਹੈ। ਸਕਾਲਰਸ਼ਿਪ ਹੈ, ਮੈਰੀਟੋਰੀਅਸ ਜਿਹੜੇ ਸਟੂਡੈਂਟ ਹੈ ਜਾਂ ਕੱਟ ਥੱਲੇ ਰੱਖ ਲੈਂਦੇ ਹੈ ਕਿ ਇੰਨੇ ਤੋਂ ਉੱਪਰ ਜਿਹੜੇ ਵਿਦਿਆਰਥੀ ਹੈ ਉਹਨੂੰ ਸਾਰਿਆਂ ਨੂੰ ਸਕਾਲਰਸ਼ਿਪ ਮਿਲੇਗਾ, ਇੱਕ ਤਾਂ ਉਹ ਸਕਾਲਰਸ਼ਿਪ ਮਿਲਦਾ। ਗਰਾਊਂਡ ਰਿਐਲਿਟੀ ਨੂੰ ਜਾਂਚਣ ਦੇ ਲਈ ਅਸੀਂ ਮੋਹਾਲੀ ਦੇ 3 ਸੀਨੀਅਰ ਸੈਕੰਡਰੀ ਸਕੂਲਾਂ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਪ੍ਰਿੰਸੀਪਲਾਂ ਦੇ ਨਾਲ ਗੱਲਬਾਤ ਕੀਤੀ। ਸਾਡੇ ਸਕੂਲ 'ਚ ਸੁਹਾਣਾ ਗਰਲਸ ਸਕੂਲ ਦੇ ਵਿੱਚ 692 ਪਿਛਲੇ ਸਾਲ ਸੀ ਸਰ ਜਿਹੜੀ ਸਾਡੀ ਐਨਰੋਲਮੈਂਟ ਸੀ, ਇਸ ਵਾਰ ਸਾਡੀ 821 ਜਿਹੜੀ ਹੈ ਐਨਰੋਲਮੈਂਟ ਹੋ ਗਈ ਹੈ ਔਰ 17% ਦਾ ਵਾਧਾ ਹੋਇਆ ਹੈ। ਕੀ ਕਾਰਨ ਹੈ? ਕਾਰਨ ਇਸ ਤਰ੍ਹਾਂ ਹੈ ਜੀ, ਇੱਕ ਤਾਂ ਸਰਕਾਰ ਦਾ ਉਪਰਾਲੇ ਹੈ, ਦੂਸਰਾ ਐਜੂਕੇਸ਼ਨ ਡਿਪਾਰਟਮੈਂਟ ਦੇ ਸ਼ੁਰੂ ਤੋਂ ਹੀ ਜਿਹੜਾ ਹੈ ਮਤਲਬ ਕੋਰੋਨਾ ਵਾਇਰਸ ਆਉਣ ਦੀ ਵਜ੍ਹਾ ਨਾਲ ਨਹੀਂ, ਅਦਰਵਾਈਜ਼ ਵੀ ਉਹ ਪਹਿਲਾਂ ਹੀ ਕੜੀ ਦਰ ਕੜੀ ਜਿਹੜੇ ਹੈ ਉਹਨਾਂ ਨੇ ਪ੍ਰੋਗਰਾਮਿੰਗ ਜਿਹੜੀ ਉਹਨਾਂ ਦੀ ਇਸ ਤਰ੍ਹਾਂ ਦੀ ਹੈ ਕਿ ਲੋਕ ਅਟਰੈਕਟ ਹੋਏ ਹੈ। ਦੂਸਰਾ ਜਿਹੜਾ ਇਹ ਕੋਰੋਨਾ ਵਾਇਰਸ ਦੇ ਨਾਲ ਆਨਲਾਈਨ ਐਜੂਕੇਸ਼ਨ ਦਾ ਸਰਕਾਰ ਦਾ ਜਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਉਪਰਾਲਾ ਰਿਹਾ ਹੈ, ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਇਫੈਕਟ ਹੋਇਆ ਕਿਉਂਕਿ ਪ੍ਰਾਈਵੇਟ ਸਕੂਲਾਂ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਬੱਚਿਆਂ ਦੀ। ਜਾਣਕਾਰੀ ਮੁਤਾਬਕ ਸਾਰੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਬੀਤੇ ਦਿਨਾਂ ਨਾਲੋਂ ਉੱਚਾ ਹੋ ਗਿਆ। ਸਿੱਖਿਆ ਵਿਭਾਗ ਨੇ ਕਈ ਨਵੀਆਂ ਸਕੀਮਾਂ ਵੀ ਚਲਾਈਆਂ ਨੇ ਜਿਸ ਨਾਲ ਵਿਦਿਆਰਥੀਆਂ ਦੀ ਬੌਧਿਕ ਤਰੱਕੀ ਹੁੰਦੀ ਹੈ ਅਤੇ ਰੱਟਾ ਲਾਉਣ ਦੀ ਆਦਤ ਨੂੰ ਠੱਲ ਪਾਈ ਗਈ ਹੈ। ਹੁਣ ਵਿਦਿਆ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਮੀਡੀਅਮ ਵਿੱਚ ਵੀ ਦਿੱਤੀ ਜਾ ਰਹੀ ਹੈ। ਗਿਣਤੀ ਪਿਛਲੇ ਸਾਲ ਸਾਡੀ 660 ਸੀ ਜੀ, ਜੋ ਵੱਧ ਕੇ 755 ਹੋ ਗਈ ਜੀ। ਇਸ ਦੇ ਪਿੱਛੇ ਮੁੱਖ ਕਾਰਨ ਹੈ ਸਾਡੇ ਮਾਣਯੋਗ ਸਿੱਖਿਆ ਸਕੱਤਰ ਜੀ ਦੀ ਯੋਗ ਅਗਵਾਈ। ਉਹਨਾਂ ਨੇ ਸਾਡੇ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਸਿੱਖਿਆ ਸੁਧਾਰ ਟੀਮਾਂ ਅਤੇ ਮੋਟੀਵੇਸ਼ਨਲ ਟੀਮਾਂ ਬਣਾਈਆਂ, ਜਿਨ੍ਹਾਂ ਨੇ ਸਾਡੇ ਅਧਿਆਪਕਾਂ ਨੂੰ ਅਤੇ ਸਾਡੇ ਵਿਦਿਆਰਥੀਆਂ ਨੂੰ ਮੋਟੀਵੇਟ ਕੀਤਾ, ਜਿਸ ਦੇ ਨਾਲ ਸਾਡਾ ਜਿਹੜਾ ਪੜ੍ਹਾਈ ਦਾ ਪੱਧਰ ਹੈ ਉਹ ਉੱਚਾ ਉੱਠਿਆ। ਸੁਖਵਿੰਦਰ ਕੌਰ, ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ 3B1 ਨੇ ਸਾਨੂੰ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਇਸ ਸਾਲ 31% ਦਾਖਲੇ ਵੱਧ ਹੋਏ ਨੇ। ਉਹਨਾਂ ਨੇ ਸਾਰਾ ਸਿਰਾ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਸਿਰ ਬੰਨਿਆ। ਮੈਨੂੰ ਇਹ ਦੱਸਣ ਵਿੱਚ ਬੜਾ ਹੀ ਮਾਣ ਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਇਸ ਸੈਸ਼ਨ ਵਿੱਚ ਸਾਡੇ ਸਕੂਲ ਦੇ ਵਿੱਚ 31% ਦਾਖਲਾ ਵਧਿਆ ਹੈ ਜੀ। ਪਿਛਲੇ ਸਾਰੇ 1978 ਵਿਦਿਆਰਥੀ ਦਾਖਲ ਹੋਏ ਸੀਗੇ ਤੇ ਹੁਣ ਤੱਕ 2603 ਵਿਦਿਆਰਥੀ ਦਾਖਲ ਹੋ ਚੁੱਕੇ ਨੇ। ਅਜੇ ਵੀ ਦਾਖਲਾ ਪ੍ਰੋਸੈਸ ਸ਼ੁਰੂ ਹੈ ਜੀ, ਜਾਰੀ ਹੈ। ਵਿਦਿਆਰਥੀ ਦਾਖਲ ਹੋਣ ਲਈ ਸਾਡੇ ਕੋਲ ਹਰ ਰੋਜ਼ ਆਉਂਦੇ ਹਨ। ਕੈਮਰਾਮੈਨ ਬਨੀ ਚੌਹਾਨ ਦੇ ਨਾਲ ਰਜਿੰਦਰ ਧੱਗੜ, PTC ਨਿਊਜ਼, ਮੋਹਾਲੀ। ਫਿਲਹਾਲ ਇਸ ਬੁਲੇਟਿਨ